सो हैलो आर गेमर्स, वेलकम टू फार्मिंग सिमुलेटर 19। थोड़ा सारे ना वेलकम है मेरे इस चैनल ते। ते जिवें कि तुसी वेख लिया होना पिछला गेम प्ले कि असी भो भू कढ़न दे सी उत्थे ते थोड़ी जी दिक्कत आ गई सी। जिहड़ी अपना रिपर सीगा तूड़ी कढ़न वाला ओह पाइप आउट नहीं करदा पिया सी, ते जिस करके सानू अपना जिहड़ा ट्रैक्टर है चेंज करन पिया। ते मैं फिर अपनी मशीना मशूना इत्थे ला गया सी। पाला पूला बहुत ज़्यादा पिया हुआ, ठंड बहुत ज़्यादा हो चुकी है यार। ते मीह पैण तो बाद जिहड़ा अपना खेत है थोड़ा गिला हो गया, ते भो भी गिला होया। ते कल पूरा दिन मैं धुप लवा दी सीगी, ते लाइव नहीं आ सकया यार। कल नेटवर्क दा इशू हैगा अपने इत्थे, ते मैं ब्रॉडबैंड दे कनेक्शन लई अप्लाई कीता होया, ते एक दो दिन च अपना रिस्पोंस आ जाना की बनूगा। क्योंकि जिहड़ा फोन दा कनेक्शन हैगा तुहानूं पता 1.5 GB मिलदी हैगी अजकल, ते उहदे नाल किन्नी क देर लाइव कर लूँगा यार। मैं एड ऑन भी काफ़ी ज़्यादा करवाया सी, पर उही है वेस्टेज ऑफ मनी आ उते टोटल। ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਵੈਲਕਮ ਹੈ। ਤੇ ਜਿਹੜੇ ਚੈਨਲ ਤੇ ਨਏ ਨੇ ਉਹ ਚੈਨਲ ਕਰ ਦਿਓ ਸਬਸਕ੍ਰਾਈਬ, ਤੇ ਜਿਨ੍ਹਾਂ ਨੂੰ ਪਤਾ ਹੈਗਾ ਅਸੀਂ ਕਿਹੜਾ ਮੋਡ ਅੱਜ ਕੱਲ੍ਹ ਅਸੀਂ ਖੇਡਣ ਦੇ ਆ, ਇੰਡੀਅਨ ਮੋਡ ਚੈਲੰਜ। ਤੇ ਜਿਵੇਂ ਕਿ ਤੁਹਾਨੂੰ ਪਤਾ ਪੰਕਜ ਅਗੇ ਨਾਲ ਸਾਰੇ ਟਰੈਕਟਰ ਦਿੱਤੇ ਨੇ ਰਿਵਿਊ ਕਰਨ ਲਈ। ਆ ਵੇਖੋ ਇੱਕ ਹੋਰ ਫਾਰਮ ਟਰੈਕ 60-60 ਆ, ਜਿਹਦੇ ਨਾਲ ਅਸੀਂ ਭੋ ਭੂ ਕੱਢਾਂਗੇ। ਤੇ ਆਪਣੀ ਜਿਹੜੀ ਕੰਪਾਈਨ ਹੈਗੀ ਪ੍ਰੀਤ, ਲਾਸਟ ਟਾਈਮ ਉਹਦੀ ਸ਼ਾਫਟ ਸੁੱਟ ਜੀ ਟੁੱਟ ਗਈ ਸੀ, ਤੇ ਮੋਗੇ ਭੇਜੀ ਸੀ ਯਾਰ ਉਹ ਠੀਕ ਕਰਵਾਉਣ ਲਈ, ਅਤੇ ਅੰਮ੍ਰਿਤਸਰ ਨਹੀਂ ਸੀ ਉਹ ਹੋਈ ਠੀਕ। ਅਤੇ ਫਿਰ ਮੋਗੇ ਇੱਥੋਂ ਪਤਾ ਲੱਗਾ ਸੀ ਮੈਨੂੰ, ਬੰਦੇ ਨੇ ਦੱਸਿਆ ਸੀ ਕਿ ਇੱਥੇ ਵਧੀਆ ਮਕੈਨਿਕ ਹੈਗੇ ਆ। ਆ ਭਾਅ ਜੀ ਖੁੱਲ੍ਹ ਜਾ ਹੁਣ, ਅਤੇ ਉੱਥੇ ਜਾ ਕੇ ਫਿਰ ਆਪਾਂ ਆਪਣੀ ਕੰਪਾਈਨ ਰਿਪੇਅਰ ਕਰਵਾ ਲਈ ਸੀ। ਖੁੱਲ੍ਹ ਜਾ ਮਾਮਾ, ਆ ਲੁੱਕ ਚੁੱਕਿਆ ਹੈਗਾ ਲੋਕ ਇੱਥੇ। ਚਲੋ ਖੁੱਲ੍ਹ ਗਿਆ, ਅਤੇ ਅੱਜ ਦਾ ਗੇਮ ਪਲੇ ਬਹੁਤ ਹੀ ਜ਼ਬਰਦਸਤ ਹੋਣ ਵਾਲਾ, ਤੁਹਾਨੂੰ ਬਹੁਤ ਕੁਛ ਨਵਾਂ ਦੇਖਣ ਨੂੰ ਮਿਲੇਗਾ। ਆ ਟਾਇਰ ਟੂਇਰ ਦੇਖੋ ਯਾਰ ਕਿੰਨੇ ਜ਼ਬਰਦਸਤ ਲਾਏ ਹੋਏ ਨੇ ਪੰਕਜ ਭਾਅ ਨੇ। ਅਤੇ ਚਲੋ ਫਿਰ ਪਹਿਲਾਂ ਤਾਂ ਮੈਂ ਭੋਗ ਕੱਢਣੇ ਸ਼ੁਰੂ ਕਰੀ, ਕਿਉਂਕਿ ਜਿਹੜਾ ਕੰਮ ਰੁਕਿਆ ਹੋਇਆ। ਅਤੇ ਮੈਂ ਸੋਚ ਰਿਹਾ ਅੱਜ ਆਪਾਂ ਨਿਕਲਣਾ ਵੀ ਹੈਗਾ ਕੰਪਾਈਨ ਲੈਣ ਲਈ, ਅਤੇ ਨਾਲ ਨਾਲ ਆਪਣਾ ਕੰਪਾਈਨ ਦਾ ਕੰਮ ਵੀ ਹੋ ਜੂਗਾ ਫਿਰ। ਆ ਹੋਰਨ ਹੋਰਨ ਵਧੀਆ ਲੱਗਾ ਮੈਨੂੰ, ਲਾਈਟਾਂ ਲੂਟਾਂ ਵਾਲ ਲਈਏ ਭਾਅ ਜੀ, ਕਿਉਂਕਿ ਫੇਰ ਦਾ ਵੇੜਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ। ਆਹ ਵੇਖੋ ਯਾਰ ਆਹ ਭੋ ਪਿਆ ਕੱਢਣ ਲਈ, ਅਤੇ ਆਪਣੀ ਕਣਕ ਵੀ ਪਈ ਹੋਈ ਹੈ ਯਾਰ ਚੁੱਕਣ ਲਈ, ਅਤੇ ਉਹ ਵੀ ਚੁੱਕਾਂਗੇ ਅਸੀਂ। ਲੋ ਆ ਰਹੀ ਆਪਣੀ ਮਸ਼ੀਨ, ਪਿੱਛੇ ਸਪੀਕਰ ਲੱਗੇ ਹੋਏ ਨੇ। ਅਤੇ ਅੱਜ ਆਈ ਹੋਪ, ਮੈਂ ਉਮੀਦ ਕਰਦਾ ਯਾਰ ਜਿਹੜੀ ਆਪਣੀ ਕੰਪਾਈਨ ਹੈ ਵਧੀਆ ਵਰਕ ਕਰੂਗੀ, ਇਹਦੇ ਨਾਲ ਮਿੰਨੀ ਕੰਪਾਈਨ ਕਹਿ ਸਕਦੇ ਹਾਂ ਅਸੀਂ ਇਹਨੂੰ। ਲੋ ਭਾਜੀ ਹੋ ਗਈ ਆ ਕਨੈਕਟ, ਪਹਿਲਾਂ ਚੈੱਕ ਕਰ ਲਈਏ। ਆਹ ਦੇਖੋ ਕੱਲ੍ਹ ਪਾਈਪ ਆਊਟ ਨਹੀਂ ਹੁੰਦੀ ਪਈ ਸੀ, ਕਿਉਂਕਿ ਆਹ ਵਾਲੀ ਜਿਹੜੀ ਚੀਜ਼ ਹੈਗੀ ਨਾ, ਆਹ ਜਿਹੜੇ ਦੋ ਜਿਹੜੇ ਇਹਨੂੰ ਹੋਲਡ ਕਰਦੇ ਆ ਪਾਈਪ ਨੂੰ, ਇਹਦੇ ਵਿੱਚ ਫਸ ਗਈ ਸੀ ਪੈਪ। ਅਤੇ ਅੱਜ ਵਧੀਆ ਵਰਕ ਕਰਦੀ ਹੈ, ਠੀਕ ਠੁੱਕ ਕਰਵਾ ਕੇ ਲੈਂਦਾ ਸੀ ਪੂਰਾ ਹੀ। ਆਹ ਦੇਖੋ ਵਧੀਆ ਤਰੀਕੇ ਨਾਲ ਇੱਥੇ ਰਬੜਾ ਰੁਬੜਾ ਪਈਆਂ ਹੋਈਆਂ। ਆਹ ਚੈੱਕ ਕਰੂੰਗੇ ਕਿਵੇਂ ਦਾ ਵਰਕ ਕਰ ਰਹੀ ਹੈ। ਆਹ ਲੋ ਕਰਕੇ ਸਟਾਰਟ ਕਰਤੀ ਹੈ, ਲੋ ਬਾਜੀ ਹੋ ਗਈ ਹੈ ਸ਼ੁਰੂ, ਅਤੇ ਆਪਣਾ ਕੰਮ ਕਰੀਏ ਫਿਰ ਸ਼ੁਰੂ। ਬਹੁਤ ਵਧੀਆ ਬਾਜੀ, ਬਹੁਤ ਵਧੀਆ ਕੰਮ ਚੱਲ ਰਿਹਾ ਯਾਰ ਇਹਦੇ ਨਾਲ, ਮਸ਼ੀਨ ਨਾਲ ਬਹੁਤ ਹੀ ਵਧੀਆ ਵਰਕ ਕਰ ਰਹੀ ਹੈ ਯਾਰ। ਆ ਜ਼ੋਰ ਵੀ ਪੂਰਾ ਲਾਉਂਦੀ ਪਈ ਹੈ ਯਾਰ, ਇਹਦੇ 'ਚ ਕੋਈ ਸ਼ੱਕ ਨਹੀਂ। ਅਤੇ ਮੈਂ ਰਿਕੁਐਸਟ ਕੀਤੀ ਹੋਈ ਹੈ ਯਾਰ ਨਰੇਗਾ ਦੇ ਵਿੱਚ ਕਿ ਆਪਣਾ ਜਿਹੜਾ ਬੂਟੇ ਵਾਟੇ ਚੰਗਾਈ ਆ ਵੀ ਕਰਵਾਓ, ਨਹੀਂ ਤਾਂ PWD ਵਾਲਿਆਂ ਨੂੰ ਲਾ ਲਵਾਂਗੇ ਇੱਥੇ, ਕਿਉਂਕਿ ਤੁਹਾਨੂੰ ਪਤਾ ਬਹੁਤ ਦਿੱਕਤ ਆਉਂਦੀ ਹੈ। ਅਤੇ ਹੁਣ ਕਣਕ ਕੁਣਕ ਬੀਜਣੀ ਹੈ, ਖੇਤ ਖੁਦ ਵਾਹਣਾ ਹੈਗਾ ਪੂਰਾ ਹੀ ਤਰੀਕੇ ਨਾਲ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸਦੀ, ਅਗਰ ਤੁਹਾਨੂੰ ਆ ਸਾਰੇ ਟਰੈਕਟਰਾਂ ਦੇ ਮੋਡ ਚਾਹੀਦੇ ਹੈਗੇ, ਤਾਂ ਤੁਸੀਂ ਪੰਕਜ ਹੋਈਏ ਦੇ ਚੈਨਲ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ, ਜਿੱਦਾਂ ਕਿ ਉਹਨਾਂ ਨੇ ਦੱਸਿਆ ਹੋਇਆ। ਅਤੇ ਇਸ ਚੈਨਲ 'ਤੇ ਤੁਹਾਨੂੰ ਆ ਸਾਰੇ ਮੋਡ ਮਿਲੂਗੇ 10,000 ਸਬਸਕ੍ਰਾਈਬਰਸ 'ਤੇ। ਬਸ ਆਪਣੇ 8,000 ਸਬਸਕ੍ਰਾਈਬਰਸ ਹੋਰ ਕੰਪਲੀਟ ਕਰ ਦਿਓ, ਅਤੇ ਤੁਹਾਨੂੰ 45 to 50 ਜਿਹੜੇ ਮੋਡ ਹੈਗੇ ਟੋਟਲ ਅੱਜ ਤੱਕ ਜਿਹੜੇ ਜਿੰਨੇ ਵੀ ਮੋਡ ਬਣਾਏ ਹੋਏ ਨੇ ਇੱਕ ਫਾਈਲ ਦੇ ਵਿੱਚ ਪਾ ਕੇ ਤੁਹਾਨੂੰ 10,000 ਸਬਸਕ੍ਰਾਈਬਰਸ 'ਤੇ ਦੇ ਦਿੱਤੇ ਜਾਣਗੇ। ਅਤੇ ਛੇਤੀ ਛੇਤੀ 10,000 ਸਬਸਕ੍ਰਾਈਬਰਸ ਕੰਪਲੀਟ ਕਰਵਾਓ ਅਤੇ ਮੋਡ ਦਾ ਫੋਲਡਰ ਪਾਓ। ਵਾਓ ਮੈਂ ਵਧੀਆ ਕਰਨ ਲੱਗ ਪਿਆ ਯਾਰ, ਚਲੋ ਵੇਖਦੇ ਹਾਂ ਆਪਣਾ ਕਿੰਨਾ ਕੰਮ ਹੋਊਗਾ ਅੱਜ। ਅਤੇ ਕੰਪਾਈਨ ਤਾਂ ਬਹੁਤ ਵਧੀਆ ਵਰਕ ਕਰ ਰਹੀ ਹੈ ਆਪਣੇ ਫਾਰਮ ਟਰੈਕ ਨਾਲ, ਅਤੇ ਸਵਰਾਜ ਦੇ ਨਾਲ ਥੋੜ੍ਹੀ ਜਿਹੀ ਦਿੱਕਤ ਆਉਂਦੀ ਗਈ ਸੀ, ਜਿਹਦੇ ਕਰਕੇ ਮੈਨੂੰ ਸਵਰਾਜ ਚੇਂਜ ਕਰਨਾ ਪਿਆ। ਫਿਰ ਮੈਂ 735 ਵੀ ਲੈ ਕੇ ਆਇਆ ਸੀ, ਪਰ ਨਹੀਂ ਯਾਰ ਆਪਣੀ ਜਿਹੜੀ ਮੋਟਰ ਜਿਹੜੀ ਟੈਕਨੋਲੋਜੀ ਹੈ ਨਾ, ਆਪਣੇ 735 ਨਾਲ ਕੰਮ ਨਹੀਂ ਕੀਤੀ।
आप रखने लिए भी यार सानू ना एक हवेली जी बनानी पेगी यार, जिदे असं डंगर डूंगर रख के चज नाल। तुहानू पता सवेर का टाइम है, तो वेखो लाइटा लुट हाले भी बड़ी हुई है, तो जिदे असी अपने डंगर डूंगर कौ वगैरह रख के चज नाल दुध ताज़ा दुध कढ़ांगे, उहनू भी सेल करांगे। तुहानू पता अजकल गाय का जिहड़ा दुध हैगा बहुत महंगा बिक रहा, गाय तो भैंस का जिहड़ा दुध है बहुत ही ज़्यादा रेट हाई चल रहे हैं अजकल। तो जिसलिए मैंने सोच रहा अपनी जी फार्मिंग के नाल नाल अपना आ वाला काम भी शुरू कर दिए यार। यार कंपनी तो बहुत वधिया वर्क करी है, आ जिहड़ा छोटा है तूड़ी मशीन हैगी, तो जिहड़ी स्ट्रो हैगी अपनी लगभग कंप्लीट हो चुकी है यार। आ डाउन कर दी जरा, तो ट्रैक्टर जिहड़ा गर्म हो जाता यार थोड़ा जिहा, तुहानू रोकण पिया फिर मैनू। तो ऐ करने ये नाल नाल अपनी जी कंपाइन है वह भी लैके आने, क्योंकि वह भी दा भी फोन आ गया सी, रिपेयर हो चुकी है वह भी, तो वो नाल नाल अपना जिहड़ा अपना नंबर फील्ड 12 हैगा वो कल नहीं कंप्लीट कर पाए सी, तो उन्हों असी कंप्लीट करेंगे। आ वेखो भो के किडे किडे वे ढेर लगे हुए पराली के, तो इन्हें सब कुतर के भो बना देना है जानवर लिए वधिया चारा। आ सब क्रैडिट जाता है पंकज भैया जिन्होंने आ सब पॉसीबल किया यार, कोई उम्मीद नहीं कर सकता यार तूड़ी वाली मशीन भी बना सकता यार कोई इस गेम च। तो जेडे क्रिएटर है उन्होंने भी सोचा होगा कि अपनी इंडियन टाइप की तूड़ी वाली मशीन वो भी आ बंदे यूज करोगे, पर इंडियन है कुछ भी कर सकते हैं असी, सब तो तगड़े जुगाड़ू बंदे होंगे असी। तो चलो यार फिर अपनी ना कंपैन आ देखो आ लगी हुई है चौराहे पर, तो इतने दसिया होया आ मोगे का रस्ता गया सी, तो आप वापस आ रहे मकेरियां लई मंड नूं जाना हूँ मैं, तो मकेरियां टप के अपना मैं आप पंगाला पंगूला पहुँच गया। तो हुण आ मंड वाला रस्ता हैगा जिहड़ा उत्ते जाके, तो सानू जिहड़ा हैगा मंड नूं जाना हैगा हुण। तो कई ने मंड का नाँ नहीं सुनिया होगा, तो मैं दस दवा आ अपना हिमाचल में पैंदा हैगा जिथों मैं बिलोंग करदा। चलो फिर चलने, बहुते लोगों ने नहीं सुनिया मंड का नाँ, तो उन्होंने दस दवा मेरा जिहड़ा पिंड का नाँ हैगा मंड हैगा। तो आ देखो गलियां सेम टू सेम ऐ दियां हैगियां, जद असी त्योड़िया बसंतपुर तो अंदर नूं मुड़ने ना आ सेम चीज़ हैगी आ, कोई नहीं वेखता इतने ना कोई बस लगी हुई है, एक बस लगी सी बहुत मुश्किलों नाल। आ सच्चाई हैगी भरावा साढ़े इतने पिंडा की, तो आ जिहड़ा मीह पिया सी उहदे करके थोड़ी जी दिक्कत आती पी आ। तो यार मैनू ना आदे लई ना एक लोडर जिहा बनाउण पैणा जिहड़ा कटर हैगा ना, क्योंकि अपने जिहड़ी गलियां हैगियां ना मण दियां थोड़ी जिहा तंग जिहियां हैगियां, तो इहनू करांगे थोड़ी जी फिक्स। तो पिंडा की गल ही कुछ हो रहा है यार, वो मज़ा शहर कितने जरा पिंड आ, मैं देखा थोड़ी जी थले ना चलती यार। आ कौन मूर्ख यार ट्राली ला गया बेच यार, वेखो सवेरे सवेरे पंगे लैन वाले काम करते यार आ सारी, आ की चक्कर है यार देखो हूँ है कि ट्राली है पता की करिए, नंबर नंबर तो लिखा होगा पिछे ना यार, आ की चक्कर है यार। कोई ना मैं फोन करके कहना, सब तो पहला असा ना एक फोन ले लीए, तो जोड़ा फोन हैगा कंपाइन के टूल बॉक्स पिया हुआ मैं इतों चक के एक फोन जोड़ा हैगा वो हायर कर लाव। नहीं भाजी फोन भी अपना घर रह गया यार, कि मैं पता करा हूँ मैं। चलो कोई ना थोड़ी जी वेट कर सकते हैं असी, नहीं तो मैं अपने ट्रैक्टर लैके फिर इनू कढ़ांगा इतों। यार की काम किया हो यार पिंड चा ही रौला यार, की करिए आ पानी पिया होया यार मीह नाल, ते मैनू लग रहा अपनी जिहड़ी कणक हैगी कट्टण वाली
ਉੱਧਰ ਤਾਂ ਪੰਗਾ ਨਾ ਪੈ ਜਾਵੇ ਯਾਰ। ਚਲੋ ਕੋਈ ਨਾ, ਵੇਖਦੇ ਹਾਂ। ਐਂ ਕਰਨਾ, ਮੈਂ ਆਪਣਾ ਟਰੈਕਟਰ ਇੱਥੇ ਮੰਗਾ ਲਈਏ ਯਾਰ, ਇੰਨਾ ਟਾਈਮ ਕਿੱਥੇ ਵੇਸਟ ਕਰਨਾ ਸੀ, ਵੀਡੀਓ ਬਹੁਤ ਲੰਬੀ ਹੋ ਜਾਊਗੀ। ਅਤੇ ਆ ਯਾਰ, ਆਹ ਕੀ ਕੰਮ ਕੀਤਾ ਹੋਇਆ ਯਾਰ, ਆਹ ਗਲਤ ਕੰਮ ਹੈਗਾ ਨਾ ਭਰਾਵਾ, ਤੁਸੀਂ ਦੱਸੋ ਆਹ ਕੀ ਕੀਤਾ ਹੋਇਆ ਯਾਰ ਪਿੰਡਾਂ 'ਚ। ਆਹ ਗੱਬੇ ਲਾ ਗਿਆ ਯਾਰ ਟਰਾਲੀ, ਹੁਣ ਬੰਦਾ ਜੇ ਯਾਰ ਇੱਟਾਂ ਉੱਟਾਂ ਸਟਾਣੀਆਂ ਹੋਏ ਮਕਾਨ ਲਈ, ਤਾਂ ਫਿਰ ਵੇਖੋ ਕਿੱਥੋਂ ਕੱਢੂਗਾ ਟਰੈਕਟਰ ਕਿੱਥੇ, ਅਤੇ ਹੋਰ ਕੋਈ ਰਸਤਾ ਵੀ ਹੈਨੀ ਹੈ। ਚਲੋ ਕੋਈ ਨਾ, ਕੋਸ਼ਿਸ਼ ਕਰਨੀ ਆ ਅਸੀਂ। ਅੱਜ ਜੇ ਨਹੀਂ ਨਿਕਲਿਆ ਤਾਂ ਫਿਰ ਮੈਂ ਘਰ ਜਾ ਕੇ ਛੇਤੀ ਛੇਤੀ ਆ ਵੇਖਿਓ ਭਾਅ ਜੀ, ਕਢਾਇਓ ਜ਼ਰਾ ਮੇਰੇ ਨਾਲ ਤੁਸੀਂ ਸਾਰੇ ਮਿਲ ਕੇ, ਦੱਸਿਓ ਮੈਨੂੰ ਕਿਸ ਸਾਈਡ ਨੂੰ ਕਰਾਂ। ਆ ਨਹੀਂ ਯਾਰ, ਨਹੀਂ, ਆ ਇੱਥੇ ਫਸ ਗਿਆ ਯਾਰ, ਆ ਪੈ ਗਿਆ ਪੰਗਾ, ਆ ਪੈ ਗਿਆ ਪੰਗਾ ਯਾਰ, ਆਹੀ ਚੀਜ਼ ਦਾ ਰੋਲਾ ਯਾਰ, ਹੁਣ ਕਿਹਨੂੰ ਕਹਾਂ ਮੈਂ। ਚਲੋ ਕੋਈ ਨਾ, ਲਾਈਵ ਸਟ੍ਰੀਮ 'ਤੇ ਆ ਕੇ ਆ ਸੋਲਵ ਕਰਾਂਗੇ, ਕਿਉਂਕਿ ਅੱਜ ਮੈਂ ਨੈਟਵਰਕ ਦਾ ਪੰਗਾ ਸੋਲਵ ਕਰ ਲੈਣਾ, ਫਿਰ ਉੱਥੋਂ ਆ ਕੇ ਅਸੀਂ ਇੱਥੇ ਜਾ ਕੇ ਮੈਂ ਸੇਵ ਕਰ ਲੈਣਾ, ਫਿਰ ਵੇਖਦੇ ਹਾਂ ਕੌਣ ਬੰਦਾ ਜਿਹਨੇ ਆਪਣੀ ਟਰਾਲੀ ਆ ਰਸਤੇ 'ਚ ਲਾਈ ਹੋਈ ਆ ਯਾਰ। ਚਲੋ ਫਿਰ ਮਿਲਣੇ ਲਾਈਵ ਸਟ੍ਰੀਮ 'ਤੇ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ।